ਐਸਾ ਕਰੋ ਬੀਜਾ ਕਰੋ ਵਿਚਾਰ।
Yeah.
ਐਸਾ ਭਾਗ ਜਿਸ ਵਿੱਚ ਹਰ ਤਰ੍ਹਾਂ ਦਾ ਬੂਟਾ ਲਾ ਦਿੱਤਾ, ਹਰ ਤਰ੍ਹਾਂ ਦਾ ਦਰਖਤ ਲਾ ਦਿੱਤਾ। ਇਸ ਲਈ ਨਹੀਂ ਕਿ ਉਹ ਸਾਰੇ ਦਰਖਤ ਉਹਨੂੰ ਚਾਹੀਦੇ ਸਨ, ਕਿ ਹਰ ਦਰਖਤ ਦਾ ਜ਼ਾਇਕਾ ਵੱਖਰਾ, ਉਹਦੇ ਨਾਲ ਲੱਗਣ ਵਾਲੇ ਫਲ ਵੱਖਰੇ, ਪੱਤੀਆਂ ਦਾ ਆਕਾਰ ਵੱਖਰਾ, ਹਰ ਫਲ ਦਾ ਰੰਗ ਵੱਖਰਾ, ਜ਼ਾਇਕਾ ਵੱਖਰਾ, ਤਾਸੀਰ ਵੱਖਰੀ। ਕੁਛ ਅੰਮ੍ਰਿਤ ਫਲ ਵੀ ਸਨ, ਕੁਛ ਬੜੇ ਜ਼ਹਿਰੀਲੀ ਤਸੀਰ ਰੱਖਣ ਵਾਲੇ ਫਲ ਵੀ ਸਨ, ਪਰ ਉਹ ਚਾਹੁੰਦਾ ਸੀ ਬਾਗ ਦਾ ਬਾਲੀ ਚਾਹੁੰਦਾ ਸੀ ਕਿ ਇਸ ਬਾਗ ਨਾਲ ਸੰਬੰਧ ਰੱਖਣ ਵਾਲਾ ਹਰ ਮਨੁੱਖ ਆਪਣੇ ਚੁਗਿਰਦੇ ਦੇ ਸਾਰੇ ਬੂਟਿਆਂ ਨੂੰ ਫਲਾਂ ਤੋਂ ਪਛਾਣ ਸਕੇ। ਇਸ ਲਈ ਉਸਨੇ ਲਗਾ ਦਿੱਤਾ, ਸੰਭਾਲ ਵੀ ਕਰਦਾ ਹੈ, ਜਿਹੜੇ ਬੂਟੇ ਉਸਨੇ ਲਗਾਏ ਨੇ ਸੰਭਾਲ ਕਰਨਾ ਹੈ। ਪਾਣੀ ਤਾਂ ਹਰ ਇੱਕ ਨੂੰ ਦੇਈ ਜਾਂਦਾ, ਜ਼ਹਿਰੀਲੇ ਬੂਟਿਆਂ ਨੂੰ ਜਿਹੜੇ ਪਾਪ ਕਰਦੇ ਨੇ, ਗੁਨਾਹ ਕਰਦੇ ਨੇ, ਨਾਸਤਿਕ ਨੇ, ਰੋਟੀ ਉਹਨਾਂ ਨੂੰ ਵੀ ਮਿਲੀ ਜਾਂਦੀ, ਸਾਹ ਉਹਨਾਂ ਨੂੰ ਵੀ ਦੇਈ ਜਾਂਦਾ ਹੈ। ਉਹਨੇ ਆਪਣੇ ਇਸ ਬਾਗ ਵਿੱਚ ਸਕਲ ਬਨਸਪਤਾਂ ਚੜਾਈ, ਹਰ ਤਰ੍ਹਾਂ ਦੇ ਬੂਟੇ ਲਗਾ ਦਿੱਤੇ ਤੇ ਤੈਨੂੰ ਪਰਖ ਲਈ ਤੇਰੇ ਸਾਹਮਣੇ ਇੱਕ ਇਮਤਿਹਾਨ ਰੱਖ ਦਿੱਤਾ। ਲੈ ਜ਼ਰਾ ਵਿਚਾਰ ਕਰ, ਇਸ ਬਾਗ ਨੂੰ ਹੀ ਸਮਝ ਲਵੇ ਨਾ, ਤੈਨੂੰ ਜੀਵਨ ਵਿੱਚ ਕਦੇ ਠੋਕਰ ਨਾ ਲੱਗੇ। ਜ਼ਰਾ ਦੁਬਾਰਾ ਇਸ ਲਾਈਨ ਨੂੰ ਪੜ੍ਹੀ। ਐਸਾ ਕਰੋ ਵਿਚਾਰ ਗਿਆਨੀ, ਕਿਨ ਵਿਦਵਾਨ ਦਾ ਐਸਾ ਕਰੋ ਵਿਚਾਰ ਗਿਆਨੀ, ਕਿਨ ਵਿਦ ਬਾਧਾ, ਕਿਨ ਵਿਦ ਛੂਟਾ, ਕਿਨ ਵਿਦ ਆਵਣ ਜਾਵਣ ਟੂਟਾ, ਕੌਣ ਕਰਮ ਕੌਣ ਨੇ ਕਰਮ, ਕੌਣ ਸੁਪੈ ਕਹਾਏ ਜੀਉ, ਐਸਾ ਕਰੋ ਵਿਚਾਰ ਗਿਆਨੀ, ਕੌਣ ਸੁਸੁਖੀਆ,
ਕੌਣ ਸੋ ਦੁਖੀਆ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸੁਖ ਕੌਣ ਬਿਨਖੀਆ ਕਿਨ ਬਿਦ ਮਿਲੀਏ ਕਿਨ ਬਿਦ ਵਿਛੜੇ ਐਸਾ ਕਰੋ ਵਿਚਾਰ ਗਿਆ ਕੌਣ ਪ੍ਰਗਟਾਏ ਜੀਓ ਐਸਾ ਕਰੋ ਵਿਚਾਰ ਗਿਆਨੀ ਇੱਕ ਬਗੀਚਾ ਏਡ ਘਣ ਕਰਿਆ ਆਸ ਪਾਸ ਬਿਖੂਆ ਕੇ ਹੁੰਦਾ ਇੱਕ ਇੱਕ ਸ਼ਬਦ ਆਪਦੇ ਲਫ਼ਜ਼ ਨੂੰ ਅਸੀਂ ਜਿਹੜਾ ਧਿਆਨ ਨਾਲ ਸਮਝਣਾ ਹੈ ਆਸ ਪਾਸ ਦਾ ਮਤਲਬ ਹੁੰਦਾ ਆਸੇ ਪਾਸੇ ਆਲੇ ਦੁਆਲੇ ਇੱਕ ਸਾਰਿਆਂ ਬੜੀ ਸਾਡੇ ਆਮ ਵਰਤੋਂ ਵਿੱਚ ਆਉਣ ਵਾਲੀ ਸ਼ਬਦ ਆਸ ਪਾਸ ਵਿੱਚ ਅੰਦਰ ਅੰਦਰ ਵਿੱਚ ਤੇ ਆਸ ਪਾਸ ਵਿੱਚ ਬੜਾ ਫਰਕ ਹੈ ਆਸ ਪਾਸ ਨਾਲ ਸੰਬੰਧ ਤੋੜਿਆ ਜਾ ਸਕਦਾ ਆਸ ਪਾਸ ਹੈ ਪਰ ਜਿਹੜੀ ਚੀਜ਼ ਅੰਦਰ ਹੈ ਉਹਦੇ ਨਾਲ ਸੰਬੰਧ ਤੋੜਿਆ ਨਹੀਂ ਜਾ ਸਕਦਾ ਉਹਨੂੰ ਸਮਝਿਆ ਜਾ ਸਕਦਾ ਹੁਣ ਜ਼ਰਾ ਇਸ ਲਾਈਨ ਨੂੰ ਦੁਬਾਰਾ ਪੜ੍ਹੀਏ ਆਸ ਪਾਸ ਭਿਖੂਆ ਕੇ ਕੁੰਟਾ ਅੰਮ੍ਰਿਤ ਹੈ ਭਾਈ ਵਾਲੀ ਕਿੱਡਾ ਸਿਆ ਉਹਨੇ ਵੇਖਿਆ ਇਸ ਬਾਗ ਦੇ ਆਲੇ ਦੁਆਲੇ ਜ਼ਹਿਰ ਦੇ ਕੁੰਡ ਜ਼ਹਿਰ ਦੇ ਖੂਹ ਜ਼ਹਿਰ ਦੇ ਟੋਂਡ ਲੱਗਣ ਹੁਣ ਜੇ ਉਹ ਜ਼ਹਿਰ ਦੇ ਕੁੰਟਾਂ ਵਿੱਚੋਂ ਪਾਣੀ ਮਿਲਦਾ ਰਿਹਾ ਇਸ ਬਾਗ ਨੂੰ ਬਾਗ ਨੂੰ ਤੇ ਪਾਣੀ ਚਾਹੀਦਾ ਤੇ ਇਹਦੇ ਆਲੇ ਦੁਆਲੇ ਜ਼ਹਿਰ ਕੁੰਟ ਦੇ ਕੁੰਟ ਨੇ ਜ਼ਹਿਰ ਦੇ ਤਲਾਬ ਤੇ ਜੇ ਇਹਨਾਂ ਦਾ ਸੰਬੰਧ ਬੂਟਿਆਂ ਦਾ ਇਹਨਾਂ ਦਰਖਤਾਂ ਦਾ ਸੰਬੰਧ ਉਹਨਾਂ ਜ਼ਹਿਰ ਦੇ ਕੁੰਟਾਂ ਨਾਲ ਹੋ ਗਿਆ ਪਾਣੀ ਤੇ ਚਾਹੀਦਾ
ਸਾਰੇ ਜ਼ਹਿਰੀਲੇ ਹੋ ਜਾਂਦੇ। ਮੈਂ ਚਾਹਨਾ ਇਹਨਾਂ ਨਾਲ ਅੰਮ੍ਰਿਤ ਫਲ ਚਾਹਨਾ ਅੰਮ੍ਰਿਤ ਫਲ ਇਸੇ ਵਿੱਚ ਪਹਿਲੀ ਲਾਈਨ ਦੇ ਨਾਲ ਹੀ ਕਹਿ ਅੰਮ੍ਰਿਤ ਨਾਮ ਤਾਂ ਮੈਂ ਫਲਿਆ ਬਗੀਚਾ ਲਾਇਆ ਇਸ ਲਈ ਕਿ ਇਹਦੇ ਵਿੱਚ ਅੰਮ੍ਰਿਤ ਨਾਮ ਫਲ ਲੱਗੇ। ਇਸੇ ਲਈ ਸ਼ਬਦ ਦੀ ਆਖਰੀ ਲਾਈਨ ਵਿੱਚ ਵੀ ਇਹੋ ਗੱਲ ਆਖ ਦਿੱਤੀ ਅੰਮ੍ਰਿਤ ਫਲ ਨਾਮ ਜਿਹਨ ਗੁਰ ਤੇ ਪਾਇਆ ਉਹ ਗੁਰੂ ਕੋਲੋਂ ਕੀ ਮਿਲਦਾ ਜਿਹਦੇ ਨਾਲ ਅੰਮ੍ਰਿਤ ਫਲ ਨਾਮ ਲੱਗਦਾ। ਵੇਖਿਆ ਮਾਲੀ ਨੇ ਮਾਲਕ ਨੇ ਬਾਗ ਦੇ ਮਾਲਕ ਨੇ ਵੇਖਿਆ ਬਾਗ ਤੇ ਲਗਾਇਆ ਹੈ ਇਹਦੇ ਨਾਲ ਅੰਮ੍ਰਿਤ ਫਲ ਨਾਮ ਲੱਗੇ ਪਰ ਇਹਦੇ ਦੁਆਲੇ ਆਸ ਪਾਸ ਤਾਂ ਜ਼ਹਿਰ ਦੇ ਤਲਾਬ ਨੇ ਉਹਨੇ ਕੀ ਕੀਤਾ ਰਹਿਮਤ ਕੀਤੀ ਸਿਆਣਪ ਕੀਤੀ ਉਹਨੇ ਉਸ ਬਾਗ ਦੇ ਵਿੱਚ ਅੰਮ੍ਰਿਤ ਦਾ ਚਸ਼ਮਾ ਲਾ ਦਿੱਤਾ ਤੇ ਬੂਟਿਆਂ ਨੂੰ ਹਦਾਇਤ ਕੀਤੀ ਆਪਸ਼ਨ ਦਿੱਤੀ ਹੱਕ ਦਿੱਤਾ ਤੁਸੀਂ ਇਹ ਆਸ ਪਾਸ ਤਲਾਵਾਂ ਦਾ ਖਾਡਾ ਛੱਡੋ ਇਸ ਆਸ ਪਾਸ ਦੇ ਤਲਾਵਾਂ ਵੱਲ ਨਾ ਦੇਖੋ ਇਹਨਾਂ ਦੇ ਸਹਾਰੇ ਨਹੀਂ ਰਹਿ ਸਕਦੇ ਤੁਹਾਡੇ ਵਿੱਚ ਅੰਮ੍ਰਿਤ ਦਾ ਤਲਾਬ ਹੈ ਕਿਉਂਕਿ ਅੰਮ੍ਰਿਤ ਦਾ ਤਲਾਬ ਅੰਦਰ ਹੀ ਹੁੰਦਾ ਅੰਮ੍ਰਿਤ ਦੇ ਸੰਬੰਧ ਆਪਾਂ ਪਿਛਲੇ ਹਫ਼ਤੇ ਵੀ ਗੁਰੂ ਮਨਾਈਏ ਨਹੀਂ ਸਕਦੇ ਇੱਕ ਲਫ਼ਜ਼ ਆਏ ਨੇ ਗੁਰਬਾਣੀ ਦੇ ਕਹਿੰਦੇ ਨੇ ਜਿਹਨੂੰ ਵਡਿਆਈ ਤੇਰੇ ਨਾਮ ਕੀ ਤੇਰੇ ਮਨ ਮਾਏ ਨਾਨਕ ਅੰਮ੍ਰਿਤ ਇੱਕ ਹੈ ਨਾਨਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਾ ਹੈ ਦੋ ਲਫ਼ਜ਼ਾਂ ਦੋ ਸਲੋਕ ਬਿਲਕੁਲ ਨਾਲ ਨਾਲ ਪਹਿਲੇ ਵਿੱਚ ਇਹ ਨਾਨਕ ਅੰਮ੍ਰਿਤ ਏਕ ਹੈ ਇਹ ਨਹੀਂ ਏਕ ਉਹ ਵੀ ਅੰਮ੍ਰਿਤ ਹੈ ਜਿਹੜਾ ਆਸ ਪਾਸ ਵੀ ਹੁੰਦਾ ਹੈ ਕਿਉਂਕਿ ਆਸ ਪਾਸ ਤਾਂ ਵਿਖੋ ਕੇ ਕੁੰਟਾਂ ਨੇ ਅੰਮ੍ਰਿਤ ਇੱਕੋ ਹੀ ਹੈ ਅੰਮ੍ਰਿਤ ਆਸ ਪਾਸ ਨਹੀਂ ਹੁੰਦਾ ਉਹ ਤੇ ਵਿੱਚ ਹੁੰਦਾ ਤੇ ਅੰਦਰ ਕੀ ਹੈ ਮਨ ਟਿਕਾਣਾ ਹੁਣ ਅਗਲਾ ਸਲੋਕ ਬਿਲਕੁਲ ਸਪਸ਼ਟ ਕਰ ਦਿੰਦੇ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਾ ਹੈ ਨਾਨਕ
ਇੱਕ ਅੰਮ੍ਰਿਤ ਬਣੇ ਮਾਹੇ ਵਿੱਚ ਅੰਮ੍ਰਿਤ ਹੈ ਭਾਈ ਰੇ। ਅਸੀਂ ਸੂਖਸ਼ਮ ਪਹਿਲੂਆਂ ਨੂੰ ਵਿਚਾਰੀਏ ਤੇ ਬਾਣੀ ਦੀ ਵਿਚਾਰ ਲਈਆ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀ ਨਾਨਕ ਅੰਮ੍ਰਿਤ ਮਣੇ ਮਾਹੇ ਪਾਈਐ ਗੁਰ ਪ੍ਰਸਾਦ। ਵੱਖਰੇ ਵੱਖਰੇ ਨੇ ਕੋਈ ਆਸ ਪਾਸ ਦੇ ਕੁੰਟਾਂ ਵਿੱਚੋਂ ਅੰਮ੍ਰਿਤ ਭਾਰੇ ਨਹੀਂ ਉਹ ਤਾਂ ਵੱਖੋ ਵੱਖ ਕੁੰਟਾਂ ਅੰਮ੍ਰਿਤ ਇੱਕੋ ਹੈ ਤੇ ਉਹ ਵਿੱਚ ਹੈ ਤੇ ਵਿੱਚ ਹੈ ਮਨ। ਪਿਛਲੇ ਤੇ ਹਫ਼ਤੇ ਵੀ ਜਦੋਂ ਗੱਲ ਅੰਮ੍ਰਿਤ ਦੀ ਚੱਲੀ ਸੀ ਉਹਦੇ ਵਿੱਚ ਇੱਕ ਲਫ਼ਜ਼ ਆਏ ਸਨ ਪੜਿਆ ਸਾਧੋ ਇਹ ਤਨ ਮਿਥਿਆ ਜਾਣ ਇਹ ਆਸ ਪਾਸ ਹੈ ਨਾ ਜਾਂ ਭੀਤਰ ਭੀਤਰ ਦਾ ਮਤਲਬ ਵੀ ਵਿੱਚ ਹੁੰਦਾ ਸਾਧੋ ਇਹ ਤਨ ਮਿਥਿਆ ਜਾਣੋ ਜਾਂ ਭੀਤਰ ਜੋ ਰਾਮ ਵਸਦਾ ਹੈ ਸਾਚੋ ਤਾਂ ਇਹ ਪਛਾਣੋ ਉਹ ਅੰਦਰ ਵਸਦਾ ਹੈ ਵਿੱਚ ਬੀਜ ਅੰਮ੍ਰਿਤ ਹੈ ਭਾਈ ਰੇ ਉਹ ਬਿਰਤੂ ਤੋਂ ਰਹਿਤ ਹੈ ਲਫ਼ਜ਼ ਮੈਂ ਪਿਛਲੇ ਅੰਮ੍ਰਿਤ ਦਾ ਅਖਰੀਅਤ ਹੈ ਬਿਰਤੂ ਤੋਂ ਰਹਿਤ ਅੰਮ੍ਰਿਤ ਬਿਰਤੂ ਤੋਂ ਰਹਿਤ ਤੇ ਨਿਰੰਕਾਰ ਕੀ ਹੈ ਅਕਾਲ ਦਾ ਲਫ਼ਜ਼ ਵੀ ਆਇਆ ਸੀ ਵੀ ਅਕਾਲ ਦਾ ਅਖਰੀ ਅਰਥ ਵੀ ਬਿਰਤੂ ਤੋਂ ਰਹਿਤ ਹੈ ਕਾਲ ਤੋਂ ਰਹਿ ਅਕਾਲ ਉਹ ਅਕਾਲ ਜਿਹੜਾ ਬਿਰਤੂ ਤੋਂ ਰਹਿਤ ਹੈ ਤੇ ਉਹ ਮਨ ਵਿੱਚ ਹੈ ਜਾਂ ਭੀਤਰ ਜੋ ਰਾਮ ਬਸਤ ਹੈ ਉਹ ਆਸ ਪਾਸ ਨੇ ਅਸੀਂ ਅੰਮ੍ਰਿਤ ਭਾਈਏ ਆਸ ਪਾਸ ਤੇ ਉਹ ਵੀ ਨੇ ਜੇ ਅਕਾਲ ਪੁਰਖ ਨੂੰ ਲੱਭੀਏ ਆਸ ਪਾਸ ਤਾਂ ਉਹ ਵੀ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਣੀ ਰਸਤਾ ਤੋਂ ਦਰਸ਼ਨ ਦੁੱਖ ਭੁੱਖ ਤੀਰਤੀ ਜੋਗੀ ਜਤੀ ਜੁਗਤ ਮੈਂ ਰਹਿਤੇ ਕਰ ਕਰ ਭਰਵੇ ਭੇਖ ਭੈ ਤੋ ਕਾਰਨ ਸਾਹਿਬ ਵਾਂਗ ਰਤੇ ਤੇਰੇ ਨਾ ਬਣੇ ਕਾਰੂ ਪਰਨੰਤਾ ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਬਹੁਤ ਸਾਰੇ ਲੋਕ ਤੈਨੂੰ ਆਸ ਪਾਸ ਭਾਲਦੇ ਰਹੇ ਜੰਗਲਾਂ ਵਿੱਚ ਤੀਰਥਾਂ ਤੇ ਗੁਰਦੁਆਰਿਆਂ ਵਿੱਚ ਮਸਜਿਦਾਂ ਵਿੱਚ ਠਾਕਰ ਦੁਆਰਿਆਂ ਵਿੱਚ ਜਿਹੜਾ ਵੀ ਮੈਨੂੰ ਕਿਸੇ ਥਾਂ ਵੀ ਗਿਆ ਉਹ ਕਹਿੰਦਾ ਮੈਂ ਆਸਤਿਕ ਹਾਂ। ਮੈਂ ਜਾ ਕੇ ਹਿੰਦੁਸਤਾਨ ਦੀ ਧਰਤੀ ਤੇ ਕਈ ਲੋਕ ਫਖਰ ਨਾਲ ਵਾਪਸ ਆ ਕੇ ਇਹ ਕਹਿੰਦੇ ਸੁਣੇ ਮੈਂ ਗਿਆ ਜੀ ਸਾਰੇ ਤੀਰਥਾਂ ਤੇ ਕਿਉਂ ਮੈਂ ਇਸ ਵਾਰ ਜਾਂਦਿਆਂ ਟੈਕਸੀ ਕਰ ਲਈ ਜਿੰਨੇ ਤੀਰਥ ਸਨ ਸਾਰਿਆਂ ਤੇ ਗਿਆ ਫਖਰ ਹੈ ਗੌਰਵ
ਉੱਥੇ ਕੀ ਕਰਨ ਗਿਆ ਆਖਰਿਆ ਤੀਰਥ ਜਾਓ ਤੋ ਹੋਂ ਹੋਂ ਕਰਤੇ ਪੰਡਿਤ ਪੁੱਛੋ ਤੋ ਮਾਇਆ ਰਾਤੇ ਉਹਦੇ ਮਨ ਵਿੱਚ ਇਹ ਖਿਆਲ ਹੈ ਖੋਰੇ ਰੱਬ ਤੀਰਥਾਂ ਤੇ ਬੈਠਾ ਭਲਦਾ ਆਸ ਪਾਸ ਗੁਰੂ ਕਹਿੰਦੇ ਨੇ ਜਪ ਤਪ ਵਰਤ ਕੀਨੇ ਪੇਖਣ ਕੋ ਚਰਨਾ ਰਾਮ ਤੇਰੇ ਚਰਨਾਂ ਵਿੱਚ ਜੋੜਨ ਲਈ ਤੈਨੂੰ ਵੇਖਣ ਲਈ ਮੈਂ ਇੰਨੇ ਕਰਮ ਕੀਤੇ ਜਪ ਤਪ ਵਰਤ ਕੀਨੇ ਪੇਖਣ ਕੋ ਚਰਨਾ ਰਾਮ ਅਗਲੀ ਲਾਈਨ ਵਿੱਚ ਕਹਿਣ ਲੱਗੇ ਤਪਤ ਨਾ ਕਿਤੇ ਬੁਝੇ ਆਸ ਪਾਸ ਵਿਖੋਤ ਕੁੰਟਾਂ ਤੇ ਜਾ ਕੇ ਭਰਾ ਤੇਰੀ ਤਪਤ ਬੁਝ ਸਕਦੀ ਹੈ ਮਨੁੱਖ ਆਸ ਪਾਸ ਵੱਲ ਜ਼ਿਆਦਾ ਦੇਖ ਰਿਹਾ ਹਾਲੇ ਤਾਂ ਗੁਰੂ ਇਹ ਆਖਿਆ ਸੀ ਬਾਹਰ ਢੂੰਡਣ ਤੇ ਛੋਟ ਪਈ ਬਾਹਰ ਨਹੀਂ ਢੂੰਡਣਾ ਹੁਣ ਇੱਥੇ ਕਹਿਣ ਲੱਗੇ ਹੋ ਸਕਦਾ ਹੈ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਕਿ ਬਾਹਰ ਵਾਲਾ ਰੱਬ ਕੋਈ ਹੋਰ ਹੈ ਅੰਦਰ ਵਾਲਾ ਕੋਈ ਹੋਰ ਹੈ ਬਾਹਰ ਵਾਲਾ ਅੰਮ੍ਰਿਤ ਕੋਈ ਹੋਰ ਹੈ ਅੰਦਰ ਵਾਲਾ ਅੰਮ੍ਰਿਤ ਕੋਈ ਹੋਰ ਹੈ ਕਹਿਣ ਲੱਗੇ ਨਾਨਕ ਅੰਮ੍ਰਿਤ ਇੱਕ ਹੈ ਮਨੁੱਖ ਨੇ ਹਰ ਇੱਕ ਧਰਮ ਦਾ ਚਿੰਨ ਜਿਹੜਾ ਹੈ ਬਾਹਰ ਦਾ ਬਣਾ ਲਿਆ ਬਾਹਰ ਸਥੂਲ ਹੈ ਮਨੁੱਖ ਨੇ ਅੰਮ੍ਰਿਤ ਵੀ ਬਾਹਰ ਦਾ ਬਣਾ ਲਿਆ ਇਸੇ ਲਈ ਅੰਮ੍ਰਿਤ ਦੇ ਜਿੰਨੇ ਚਿੰਨ ਸਨ ਉਹ ਸਾਰੇ ਬਾਹਰ ਦੇ ਸਨ ਅੰਦਰ ਤਾਂ ਜਾਤੀ ਨਹੀਂ ਪਾਈ ਨੇ ਨਾਨਕ ਅੰਮ੍ਰਿਤ ਨਹੀਂ ਮਾਏ ਤੇ ਨਾਲ ਹੁੰਦੇ ਦੋ ਦੋਨੋ ਸਲੋਕ ਬਿਲਕੁਲ ਨਾਲ ਇਕੱਠੇ ਨੇ ਪਹਿਲਾਂ ਹੈ ਨਾਨਕ ਅੰਮ੍ਰਿਤ ਇੱਕ ਹੈ ਤੇ ਅਗਲੇ ਸਲੋਕ ਵਿੱਚ ਹੈ ਨਾਨਕ ਅੰਮ੍ਰਿਤ ਬਣੇ ਮਾਏ ਦੋਨਾਂ ਸਲੋਕਾਂ ਵਿੱਚ ਇੱਕ ਫੈਸਲਾ ਕਰ ਦਿੱਤਾ ਭਲਿਆ ਅੰਮ੍ਰਿਤ ਤਾਂ ਇੱਕ ਹੈ ਦੋ ਨਹੀਂ ਇਹ ਨਹੀਂ ਕਿ ਆਸ ਪਾਸ ਵੀ ਤੈਨੂੰ ਅੰਮ੍ਰਿਤ ਮਿਲ ਜਾਏ ਕੋਈ ਹੋਰ ਹੋਵੇ ਤੇ ਅੰਦਰ ਵੀ ਹੋਰ ਬਾਹਰ ਦਾ ਅੰਮ੍ਰਿਤ ਦੇਹ ਦਾ ਅੰਮ੍ਰਿਤ ਕੋਈ ਹੋਰ ਹੋਵੇ ਤੇ ਮਨ ਦਾ ਅੰਮ੍ਰਿਤ ਕੋਈ ਹੋਰ ਹੋਵੇ ਇੱਕ ਅੰਮ੍ਰਿਤ ਉਹ ਹੋਵੇ ਜਿਹੜਾ ਦੇਹ ਚ ਟਿਕਦਾ ਚਿੰਤ ਤੇਰੇ ਦੇਹ ਦੇ ਬਣ ਕੇ ਨੀ ਸਾਰੇ ਤੇ ਇੱਕ ਅੰਮ੍ਰਿਤ ਉਹ ਹੋਵੇ ਜਿਹੜਾ ਮਨ ਵਿੱਚ ਟਿਕਦਾ ਕਹਿਣ ਲੱਗੇ ਨਹੀਂ ਨਾਨਕ ਅੰਮ੍ਰਿਤ ਇੱਕ ਅੰਮ੍ਰਿਤ ਇੱਕੋ ਤੇ ਉਹ ਹੈ ਵੀ ਮਨ ਵਿੱਚ ਬਾਹਰ ਨਹੀਂ ਕਹਿਣ ਲੱਗੇ ਨਾਨਕ ਅੰਮ੍ਰਿਤ ਇੱਕ ਹੈ ਨਾਨਕ ਅੰਮ੍ਰਿਤ ਮਣੇ ਮਾਏ ਗੁਰ ਪ੍ਰਸਾਦ ਅੰਮ੍ਰਿਤ ਮਨ ਵਿੱਚ ਟਿਕਦਾ ਹੈ ਹੁਣ ਜ਼ਰਾ ਸੋਚਣਾ ਇੱਕ ਹੁੰਦਾ ਹੈ ਸਾਧਨ ਇੱਕ ਹੁੰਦਾ ਹੈ ਸਿਧਾਂਤ ਸਾਧਨ ਸਥੂਲ ਹੁੰਦਾ ਸਿਧਾਂਤ ਸੂਕਸ਼ਮ ਜਿਵੇਂ ਰੋਟੀ ਤੇ ਭੁੱਖ ਦੋਵਾਂ ਦਾ ਆਪਸੀ ਸੰਬੰਧ ਹੈ ਰੋਟੀ ਤੇ ਭੁੱਖ ਦਾ ਸੰਬੰਧ ਹੈ ਪਰ ਦੋਹਾਂ ਵਿੱਚੋਂ ਇੱਕ ਚੀਜ਼ ਵੇਖਿਓ ਰੋਟੀ ਸੂਕਸ਼ਮ ਨਹੀਂ
ਸਥੂਲ ਹੈ, ਰੋਟੀ ਸਥੂਲ ਹੈ, ਰੋਟੀ ਮੇਰੇ ਕੋਲ ਆ ਰਹੀ ਹੈ, ਮੇਰੇ ਅੱਗੇ ਥਾਲ ਪਿਆ ਦਿਸਦੀ ਹੈ, ਮੈਂ ਅੱਖਾਂ ਭੁੱਖ ਲੱਗੀ ਹੈ, ਕਿਸੇ ਨੂੰ ਕੀ ਦਿਖਾਵਾਂ ਲੱਗੀ ਦੀ ਨਿਸ਼ਾਨੀ ਮੈਨੂੰ ਲੱਗੀ ਹੈ, ਤਾਂ ਹੀ ਰੋਟੀ ਖਾਓ। ਪਰ ਭੁੱਖ ਕਿਸੇ ਨੂੰ ਦਿਖਾਈ ਨਹੀਂ ਜਾ ਸਕਦੀ, ਰੋਟੀ ਦਾ ਥਾਲ ਦਿਖਾਇਆ ਜਾ ਸਕਦਾ, ਕਿਉਂਕਿ ਭੁੱਖ ਮਿਟਾਉਣ ਲਈ ਰੋਟੀ ਇੱਕ ਸਾਧਨ ਹੈ, ਸਿਧਾਂਤ ਨਹੀਂ, ਸਿਧਾਂਤ ਭੁੱਖ ਹੈ, ਇਹ ਕਾਰਨ ਹੈ। ਮਨੁੱਖ ਰੋਟੀ ਨੂੰ ਭੁੱਖ ਨਹੀਂ ਕਹਿ ਸਕਦਾ, ਇਹ ਗੱਲ ਵੱਖਰੀ ਹੈ। ਰੋਟੀ ਖਾਣ ਭੁੱਖ ਜਿਹਨੂੰ ਲੱਗੀ ਹੋਵੇ ਉਹਨੇ ਰੋਟੀ ਛੱਡਣੀ ਵੀ ਨਹੀਂ, ਸਥੂਲ ਹੈ, ਪਰ ਰੋਟੀ ਨੂੰ ਭੁੱਖ ਨਹੀਂ ਕਿਹਾ ਜਾ ਸਕਦਾ। ਇਸ ਲਈ ਖਿਆਲ ਕਰਿਓ, ਅੰਮ੍ਰਿਤ ਸਥੂਲ ਨਹੀਂ, ਅੰਮ੍ਰਿਤ ਸੂਕਸ਼ਮ ਹੈ, ਕਿਉਂਕਿ ਮਨ ਵਿੱਚ ਜਾਣਾ ਹੈ ਨਾ, ਮਨ ਵਿੱਚ ਸਥੂਲ ਚੂਸ ਨਹੀਂ ਜਾ ਹੀ ਨਹੀਂ ਸਕਣਾ, ਉੱਥੇ ਤਾਂ ਸੂਕਸ਼ਮ ਨਹੀਂ ਜਾਣਾ। ਜਿਹੜੀ ਚੀਜ਼ ਮਨ ਵਿੱਚ ਜਾਣੀ, ਰੋਟੀ ਤਾਂ ਤਨ ਵਿੱਚ ਜਾ ਸਕਦੀ, ਰੋਟੀ ਤਨ ਵਿੱਚ ਜਾ ਸਕਦੀ ਹੈ, ਮਨ ਵਿੱਚ ਨਹੀਂ। ਮਨ ਵਿੱਚ ਤਾਂ ਰੱਜ ਨਹੀਂ ਜਾਣਾ, ਜਦੋਂ ਉਹਨੇ ਆਖਣਾ ਮੈਂ ਰੱਜ ਗਿਆ, ਸੰਤੋਖ ਸੰਤੋਖ ਗਿਆ, ਰੱਜ ਗਿਆ। ਅੰਦਰ ਤਾਂ ਰੱਜ ਨਹੀਂ ਜਾਣਾ ਮਨ ਵਿੱਚ, ਤਨ ਵਿੱਚ ਰੋਟੀ ਨਹੀਂ ਜਾਣੀ। ਹੁਣ ਰੋਟੀ ਤਿਆਗਣੀ ਵੀ ਨਹੀਂ, ਲੇਕਿਨ ਰੋਟੀ ਨੂੰ ਭੁੱਖ ਨਹੀਂ ਆਖਣਾ, ਰੋਟੀ ਨੂੰ ਰੱਜ ਨਹੀਂ ਆਖਣਾ। ਆ ਦੋਵਾਂ ਦਾ ਸੂਖਮ ਤੇ ਸਥੂਲ ਦਾ ਫਰਕ ਹੈ। ਇਸ ਲਈ ਇੱਕ ਖਿਆਲ ਕਰਿਓ, ਸਿਧਾਂਤ ਤੇ ਸਾਧਨ ਦੋਹਾਂ ਵਿੱਚ ਇਹ ਫਰਕ ਸਮਝਣਾ ਹੈ। ਸਾਧਨ ਨੂੰ ਛੱਡਣਾ ਨਹੀਂ, ਪਰ ਫਰਕ ਇਹ ਸਾਧਨ ਬਦਲਦਾ ਰਹੇ। ਰੋਟੀ ਦਾ ਪੇਕ ਰੂਪ ਥੋੜਾ, ਤਰ੍ਹਾਂ ਦੀ ਰੋਟੀ, ਕੋਈ ਪਰੌਠਾ ਬਣਾ ਲੈਂਦਾ, ਕੋਈ ਦਲੀਆ ਬਣਾ ਲੈਂਦਾ, ਜਾਣਾ ਹੀ ਹੁੰਦਾ, ਭੁੱਖ ਲੱਗੀ, ਸਥੂਲ ਨਹੀਂ ਉਸ ਸੂਖਮ। ਸਾਧਨ ਜਿਹੜਾ ਹੈ ਉਹਨੂੰ ਅਸੀਂ ਉਹਦੇ ਤੇ ਨਿਰਭਰ ਨਹੀਂ ਕਰਨਾ, ਨਿਰਭਰ ਕਰਨਾ ਸੂਖਮ ਤੇ, ਸਿਧਾਂਤ ਤੇ, ਕਿਉਂਕਿ ਮਨ ਵਿੱਚ ਸਿਧਾਂਤ ਦਾ ਸਫ਼ਰ ਹੈ, ਸਥੂਲ ਦਾ ਨਹੀਂ, ਸਾਧਨ ਦਾ ਨਹੀਂ। ਇਹੋ ਕਾਰਨ ਹੈ ਸਾਧਨ ਜਿੰਨੇ ਨੇ ਉਹ ਸਾਨੂੰ ਦਿਸਦੇ ਨੇ, ਭਾਵੇਂ ਪਾਣੀ ਹੈ, ਫੀਵਰ ਵੀ ਲਵਾ ਜਾਂਦਾ ਹੈ, ਭਾਵੇਂ ਪਾਣੀ ਹੈ, ਭਾਵੇਂ ਪਤਾਸੇ ਹੈ, ਭਾਵੇਂ ਬਾਟਾ ਹੈ, ਭਾਵੇਂ ਖੰਡਾ ਹੈ, ਸਾਧਨ। ਜਿਵੇਂ ਭੁੱਖ ਲਈ ਰੋਟੀ ਜ਼ਰੂਰੀ ਹੈ ਨਾ ਕਿਸੇ ਰੂਪ ਵਿੱਚ, ਇਸੇ ਤਰ੍ਹਾਂ ਖਿਆਲ ਕਰਿਓ, ਸਾਧਨ ਤਿਆਗਣੇ ਨਹੀਂ। ਮੈਂ ਕਹਾਂ ਵੀ ਖੰਡਾ ਬਾਟਾ ਛੱਡ ਦਿਓ, ਪਤਾਸੇ, ਮੇਰਾ ਮਤਲਬ ਉਹ ਵੀ ਨਹੀਂ, ਉਹ ਇੱਕ ਸਾਧਨ ਹੈ, ਲੇਕਿਨ ਨਿਰਭਰ ਜਿਹੜਾ ਹੈ ਉਹ ਹੈ ਸੂਖਮ ਤੇ। ਤੇ ਮੈਂ ਪਿਛਲੀ ਵਾਰ ਦੱਸ ਕੀਤੀ ਸੀ ਉਸ ਗੱਲ ਨੂੰ ਲੈ ਕੇ ਅੱਗੇ ਤੁਰਨਾ ਚਾਹੁੰਦਾ ਹੁਣ, ਕਿਉਂਕਿ ਸੂਖਮ ਤੇ ਇਹਨਾਂ ਵਿੱਚੋਂ ਇੱਕੋ ਚੀਜ਼ ਹੈ, ਉਹ ਹੈ ਬਾਣੀ, ਉਹ ਸਥੂਲ ਦੇ। ਠੰਡਾ ਬਾਟਾ ਮਿਲਿਆ ਜਾ ਸਕਦਾ ਹੈ, ਦਿਖਾਇਆ ਜਾ ਸਕਦਾ ਹੈ, ਬਾਣੀ ਦਿਖਾਈ ਨਹੀਂ ਜਾ ਸਕਦੀ, ਬਾਣੀ ਦੇਖੀ ਨਹੀਂ ਜਾ ਸਕਦੀ, ਉਹ ਸਮਝੀ ਜਾ ਸਕਦੀ, ਅਨੁਭਵ ਕੀਤੀ ਜਾ ਸਕਦੀ। ਤੇ ਖਿਆਲ ਕਰਿਓ, ਤਨ ਵਿੱਚ ਜਾਣਾ ਹੈ ਪਾਣੀ ਦੇ ਬਣੇ ਹਿੱਸੇ ਨੇ, ਮਨ ਵਿੱਚ ਜਾਣਾ ਹੈ ਬਾਣੀ ਨੇ,
ਦੋਹਾਂ ਦੀ ਆਪਣੀ ਥਾਂ ਹੈ, ਸਥੂਲ ਤੇ ਸੂਖਸ਼ਮ ਦੀ, ਜਿਵੇਂ ਸਾਧਨ ਤੇ ਸਿਧਾਂਤ ਦੀ, ਭੁੱਖ ਦੀ ਤੇ ਰੋਟੀ ਦਾ। ਸਾਂਝ ਟੁੱਟਦੀ ਨਹੀਂ, ਇਹਦਾ ਮਤਲਬ ਇਹ ਨਾ ਸਮਝਣਾ ਸਾਂਝ ਤੋੜ ਰਿਹਾ, ਨਹੀਂ। ਦੋਹਾਂ ਚੀਜ਼ਾਂ ਨੂੰ ਅਸੀਂ ਸਮਝਣਾ, ਕਿਉਂਕਿ ਜਿਹੜੀ ਚੀਜ਼ ਮਨੇ ਵਿੱਚ ਆ ਗਈ ਉੱਥੇ ਰੁਕਣਾ ਹੈ। ਗੁਰੂ ਆਖ ਰਿਹਾ ਨਾਨਕ ਅੰਮ੍ਰਿਤ ਮਨੇ ਮਾਹੇ, ਅੰਮ੍ਰਿਤ ਜਿਹਦੇ ਤੇ ਨਿਰਭਰ ਕਰਨਾ ਹੈ ਉਹ ਹੈ ਉਹ ਜਿਹੜਾ ਮਨ ਵਿੱਚ ਚਲਾ ਜਾਏ। ਤੇ ਮਨ ਵਿੱਚ ਕੀ ਜਾਣਾ ਹੈ? ਬਾਣੀ ਲੈ ਕੇ, ਇਹ ਬਾਣੀ ਜੋ ਜੀਓ ਜਾਣੇ ਇਸ ਅੰਤਰ ਰਵੇ ਹਰ ਨਾਮਾ, ਮਨ ਵਿੱਚ ਅੰਮ੍ਰਿਤ ਰੂਪ ਬਾਣੀ ਨੇ ਜਾਣੇ। ਮੈਂ ਹੈਰਾਨ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਦੀ ਧੁੱਪ ਮੇਰੇ ਸਾਹਮਣੇ ਆਈ ਜਿਹੜੀ ਬਾਗ ਦੇ ਅੱਜ ਦੇ ਸਬਜੈਕਟ ਨਾਲ ਵੀ ਸੰਬੰਧ ਰੱਖਦੀ ਸੀ। ਅੱਜ ਦਾ ਸਬਜੈਕਟ ਸੀ ਇੱਕ ਬਗੀਚਾ ਪੇੜ ਠਣ ਕਰਿਆ, ਅੰਮ੍ਰਿਤ ਨਾਮ ਤਹਾ ਮੈਂ ਫਲਿਆ, ਐਸਾ ਕਰੋ ਵਿਚਾਰ ਗਿਆਨ ਜਾਤੇ ਪਾਈ ਹੈ ਪਰ ਨਿਰਵਾਨ, ਆਸ ਪਾਸ ਬਿਖੁਆ ਕੇ ਕੁੰਤਾ ਬੀਚ ਅੰਮ੍ਰਿਤ ਹੈ ਭਾਈ। ਆਸੇ ਪਾਸੇ ਅੱਗੇ ਪਿੱਛੇ ਦੂਰ ਨੇੜੇ ਜਿਹੜੇ ਪਾਸੇ ਝਾਤ ਮਾਰਨਾ ਜ਼ਹਿਰ ਹੀ ਜ਼ਹਿਰ ਹੈ। ਗੁਰੂ ਦੇ ਬਾਣੀ ਵਿੱਚ ਇੱਕ ਥਾਂ ਤੇ ਅਨੇਕ ਥਾਂ ਤੇ ਵੀ ਮੈਂ ਜਿੱਧਰ ਵੀ ਦੇਖਣਾ ਜ਼ਹਿਰ ਹੀ ਜ਼ਹਿਰ ਹੈ। ਇਸ ਲਈ ਮੇਰਾ ਬਾਗ ਕਿਤੇ ਬਰਬਾਦ ਨਾ ਹੋ ਜਾਏ, ਮੈਂ ਵਿਵੇਚ ਅੰਮ੍ਰਿਤ ਦਾ ਫੂਲ ਆ ਗਿਆ। ਉਹਨੇ ਮਨ ਵਿੱਚ ਭੇਜ ਦਿੱਤਾ, ਮਨ ਉਹਦੇ ਲਈ ਇੱਕ ਖੂਹ ਬਣਾ ਦਿੱਤਾ, ਬੀਚ ਅੰਮ੍ਰਿਤ ਹੈ ਭਾਈ ਦੇ। ਹੁਣ ਮਨ ਵਿੱਚ ਤੂੰ ਝਾਤ ਮਾਰੇ, ਗੁਰਬਾਣੀ ਦੀ ਇੱਕ ਲਾਈਨ ਪੜ ਸਤਿਗੁਰੂ ਕਹਿੰਦੇ ਅੰਤਰ ਖੂਹਟਾ, ਖੂਹਟਾ ਦਾ ਮਤਲਬ ਖੂਹ, ਅੰਤਰ ਖੂਹਟਾ ਅੰਮ੍ਰਿਤ ਭਰਿਆ। ਗੁਰਬਾਣੀ ਨੇ ਫੈਸਲਾ ਦੇ ਦਿੱਤਾ, ਕਹਿਣ ਲੱਗੀ ਤੇਰੇ ਅੰਦਰ ਇੱਕ ਅੰਮ੍ਰਿਤ ਦਾ ਭਰਿਆ ਹੋਇਆ ਖੂਹ ਲਾ ਦਿੱਤਾ, ਤੈਨੂੰ ਢੂੰਡਣ ਦੀ ਲੋੜ ਨਾ ਪਾ, ਜਿਸ ਵੇਲੇ ਤੇਰਾ ਦਿਲ ਚਾਹੇ ਤੂੰ ਅੰਮ੍ਰਿਤ ਪੀਣਾ ਚਾਹੇ ਅੰਦਰੋਂ ਭਰ ਕੇ ਪੀ ਲੈ। ਅੰਮ੍ਰਿਤ ਅੰਦਰੋਂ ਭਰ ਕੇ ਪੀਣ ਵਾਲਾ ਪਾਣੀ ਥੋੜਾ ਹੈ, ਸੋਚਿਓ। ਕਹਿਣ ਲੱਗੇ ਅੰਦਰ ਖੂਹ ਤਾਂ ਖੂਹ ਲਾ ਦਿੱਤਾ, ਅੰਮ੍ਰਿਤ ਭਰਿਆ। ਕਹਿਣ ਲੱਗੇ ਕਿਵੇਂ ਪੀਤਾ ਜਾਏ? ਗੁਰਬਾਣੀ ਦੀ ਤੋਂ ਕਹਿ ਕਹਿਣ ਲੱਗੇ ਸ਼ਬਦ ਦੇ ਕਾਢ ਪੀਏ ਪਣਹਾਰੀ, ਜਦੋਂ ਵੀ ਤੇਰਾ ਦਿਲ ਚਾਹੇ। ਹਰ ਰੋਜ਼ ਦਾ ਨਿਤਨੇਮ ਕਿਉਂ ਦਿੱਤਾ? ਤੂੰ ਇੱਕ ਵਾਰੀ ਅੰਮ੍ਰਿਤ ਛਕ ਲਿਆ, ਬਸ ਅੰਮ੍ਰਿਤਧਾਰੀ ਹੋ ਗਿਆ। ਤਨ ਤੱਕ ਅੰਮ੍ਰਿਤ ਨੂੰ ਸੀਮਤ ਕਰਨ ਵਾਲਿਆ
ਅੱਜ ਤੂੰ ਅੰਮ੍ਰਿਤ ਨੂੰ ਬਦਨਾਮ ਕਰ ਰਿਹਾ। ਅੰਮ੍ਰਿਤ ਵਰਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਆਈ ਹੋਈ ਬਖਸ਼ਿਸ਼ ਤੇਰੀ ਝੋਲੀ ਪਈ, ਪਰ ਤੂੰ ਉਸਨੂੰ ਬਦਨਾਮ ਕਰ ਰਿਹਾ, ਕਿਉਂਕਿ ਅੰਮ੍ਰਿਤ ਦਾ ਪ੍ਰਗਟਾਵਾ ਤੇਰੇ ਵਿੱਚੋਂ ਨਹੀਂ ਹੋ ਰਿਹਾ। ਗੁਰੂ ਨੇ ਗੱਲ ਆਖੀ, ਕਹਿਣ ਲੱਗੇ ਭਲਿਆ ਮੈਂ ਤੈਨੂੰ ਨਿਤਨੇਮ ਅੰਮ੍ਰਿਤ ਦਾ ਕਿਉਂ ਦਿੱਤਾ ਸੀ, ਜਿਸ ਵੇਲੇ ਸਵੇਰੇ ਉੱਠ ਕੇ ਜਪ ਜੀ ਦਾ ਪਾਠ ਕਰੇ ਨਾ ਸਮਝੀ ਮੈਂ ਅੰਮ੍ਰਿਤ ਪੀ ਰਿਹਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਤਾਂ ਤੇਰੇ ਅੰਦਰ ਖੂਹ ਲਾ ਦਿੱਤਾ। ਤੂੰ ਇੱਕ ਦਿਨ ਅੰਮ੍ਰਿਤ ਛੱਕ ਕੇ ਮਗਰੋਂ ਜੋ ਮਰਜ਼ੀ ਕਰਦਾ ਫਿਰੇ, ਉਹ ਅਸੀਂ ਆਮ ਦੇਖ ਰਹੇ ਹਾਂ। ਇਸ ਗੱਲ ਤੋਂ ਅੰਮ੍ਰਿਤ ਵਰਗੀ ਪਵਿੱਤਰ ਸ਼ਬਦ ਤੇ ਚੀਜ਼ ਜਿਹੜੀ ਬਦਨਾਮ ਹੋ ਰਹੀ ਹੈ। ਲੋਕ ਕਹਿਣ ਲੱਗ ਪਏ ਅੰਮ੍ਰਿਤ ਧਾਰੀ ਹੋ ਜਾਏ, ਸਭ ਜਾਣੇ ਉਹ ਸਿਰਫ ਉੱਪਰਲੇ ਰੂਪ ਨੂੰ ਦੇਖੀਏ ਤਾਂ ਸੱਚਮੁੱਚ ਇਉਂ ਹੀ ਦਿਸਦਾ। ਗੁਰੂ ਨੇ ਆਖਿਆ ਨਹੀਂ, ਮੈਂ ਤੇਰੇ ਅੰਦਰ ਅੰਮ੍ਰਿਤ ਦਾ ਖੂਹ ਲਾ ਰਿਹਾ। ਇਹ ਜਿਹੜੀ ਬਾਣੀ ਤੇਰੇ ਅੰਦਰ ਭੇਜ ਰਿਹਾ ਨਾ, ਸੂਕਸ਼ਮ ਜਿਹੜੀ ਮਨ ਵਿੱਚ ਵਸਣੀ ਹੈ, ਉਹ ਮਨ ਵਿੱਚ ਇੱਕ ਖੂਹ ਲੱਗ ਗਿਆ ਹੈ ਅੰਮ੍ਰਿਤ ਦਾ। ਹਰ ਰੋਜ਼ ਸਵੇਰੇ ਉੱਠ ਕੇ ਜਦੋਂ ਤੂੰ ਜਪ ਜੀ ਦਾ ਪਾਠ ਕਰੇ ਸਮਝੀ ਮੈਨੂੰ ਅੰਮ੍ਰਿਤ ਦਾ ਘੁੱਟ ਅੰਦਰੋਂ ਆ ਰਿਹਾ ਹੈ, ਇਹ ਖੂਹ ਹੈ ਤੇ ਤੂੰ ਰੋਜ਼ ਅੰਮ੍ਰਿਤ ਪੀ ਸਕੇ। ਗੁਰੂ ਨੇ ਆਖਿਆ ਖੂਟਾ ਅੰਮ੍ਰਿਤ ਭਰਿਆ ਸ਼ਬਦ ਕੌਣ ਪੀਏ ਪਨਹਾਰੀ। ਜਿਹੜੇ ਬਾਣੀ ਅੰਮ੍ਰਿਤ ਨੂੰ ਨਹੀਂ ਸਮਝ ਰਹੇ, ਬਾਣੀ ਅੰਮ੍ਰਿਤ ਨਾਲੋਂ ਟੁੱਟ ਕੇ ਆਸ ਪਾਸ ਦੇ ਬਾਹਰਲੇ ਵਸਤੂਆਂ ਤੇ ਸਾਧ ਸਿਧਾਂਤ ਦੀ ਬਜਾਏ ਸਾਧਨਾ ਨੂੰ ਹੀ ਅੰਮ੍ਰਿਤ ਬਣਾਈ ਬੈਠੇ ਨੇ। ਗੁਰੂ ਕਹਿੰਦੇ ਨੇ ਉਹਨਾਂ ਦੇ ਅੰਦਰ ਹਰਿਆਵਲ ਨਹੀਂ ਹੋ ਰਹੀ, ਉਹ ਤਾਂ ਬਾਣੀ, ਗੁਰੂ ਤਾਂ ਬਾਣੀ ਸੀ, ਗੁਰੂ ਨਾਲੋਂ ਟੁੱਟ ਗਏ। ਬਾਟਾ ਕੋਈ ਗੁਰੂ ਤੇ ਨਹੀਂ ਨਾ, ਖੰਡਾ ਕੋਈ ਗੁਰੂ ਤੇ ਨਹੀਂ ਨਾ, ਪਾਣੀ ਕੋਈ ਗੁਰੂ ਨਹੀਂ, ਪਤਾਸੇ ਉਹ ਗੁਰੂ ਤਾਂ ਸੀ ਬਾਣੀ, ਉਹ ਤਾਂ ਸਾਧਨ ਸਨ, ਨਤੀਜਾ ਨਿਕਲਿਆ ਉਹਦੇ ਨਾਲੋਂ ਟੁੱਟਣ ਨਾਲ ਮਨੋ ਸਿੱਖ ਗੁਰੂ ਤੋਂ ਮਨਮੁਖ ਹੋ ਗਿਆ। ਜਿਸ ਦਿਨ ਬਾਣੀ ਦੀ ਵਿਚਾਰ ਛੱਡ ਦਿੱਤੀ, ਬਾਣੀ ਦਾ ਸੰਗ੍ਰਹਿ ਕਰਕੇ ਅੰਦਰ ਮਨ ਵਿੱਚ ਨਾ ਵਸਾਇਆ, ਉਸ ਦਿਨ ਮਨੋ ਗੁਰੂ ਤੋਂ ਮਨਮੁਖ ਹੋ ਗਿਆ। ਉਹ ਗੁਰੂ ਤੋਂ ਟੁੱਟਿਆ ਹੋਇਆ ਮਨੁੱਖ ਕੇਵਲ ਆਸ ਪਾਸ ਤੋਂ ਅੰਮ੍ਰਿਤ ਸਮਝਣ ਵਾਲਾ, ਉਹਦੀ ਹਾਲਤ ਵੀ ਗੁਰੂ ਨੇ ਬਾਣੀ ਵਿੱਚ ਆਖ ਦਿੱਤੀ। ਕਹਿਣ ਲੱਗੇ ਮਨਮੁਖ ਉਭਾਸ ਮਨਮੁਖ ਉਭੇ ਸੁਖ ਗਏ। ਕਿਉਂਕਿ ਅੰਦਰ ਉਹਨਾਂ ਦੇ ਬਾਣੀ ਨਹੀਂ ਗਏ, ਮਨ ਵਿੱਚ ਜਿਹੜੀ ਬਾਣੀ ਨੇ ਟਿਕਣਾ ਸੀ, ਬਾਣੀ ਅੰਮ੍ਰਿਤ ਨੇ ਜਿਹੜਾ ਅੰਦਰ ਖੂਹ ਲੱਗਣਾ ਸੀ ਉਹ ਨੰਗ ਗਿਆ। ਮਨਮੁਖ ਉਭੇ ਸੁਖ ਗਏ ਨਾ ਫਲ ਤਿੰਨਾ ਛਾਓ। ਹਰੇ ਦਰਖਤਾਂ ਨੂੰ ਹੀ ਫਲ ਲਿਖਦੇ ਨੇ ਤੇ ਹਰੇ ਪੱਤੇ ਲਿਖਦੇ ਨੇ,
ਤੇ ਹਰੇ ਪੱਤਿਆਂ ਦੀ ਛਾਂ ਹੁੰਦੀ। ਦਰਖਤ ਦੇ ਦੋ ਹੀ ਸੁੱਖ ਨੇ, ਇੱਕ ਫਲ ਤੇ ਇੱਕ ਛਾਂ। ਲੋਕ ਛਾਂ ਵੀ ਮੰਨਦੇ ਨੇ, ਫਲ ਵੀ ਖਾਂਦੇ। ਪਰ ਕਹਿਣ ਲੱਗੇ, ਗੁਰੂ ਤੋਂ ਬੇਮੁਖ ਹੋਏ, ਗੁਰਬਾਣੀ ਨਾਲੋਂ ਟੁੱਟੇ ਹੋਏ ਮਨੁੱਖ ਜਿਹੜੇ ਨੇ, ਉਹ ਆਪਣੇ ਆਪ ਵਿੱਚ ਦਰਖਤ ਤਾਂ ਉਹ ਸਮਝਦੇ ਨੇ, ਪਰ ਇਹੋ ਜਿਹੇ ਸੁੱਕ ਜਾਂਦੇ ਨੇ ਗੁਰੂ ਵੱਲੋਂ ਟੁੱਟ ਕੇ। ਨਾ ਉਹਨਾਂ ਕੋਲ ਫਲ ਲੱਗਦੇ ਨੇ, ਨਾ ਉਹਨਾਂ ਦੀ ਛਾਂ ਰਹਿੰਦੀ ਹੈ। ਕਹਿਣ ਲੱਗੇ, ਇਹੋ ਜਿਹੇ ਲੋਕ ਜਿਹੜੇ ਗੁਰਬਾਣੀ ਨਾਲੋਂ ਟੁੱਟਦੇ ਨੇ, ਲੋਕ ਉਹਨਾਂ ਦੇ ਨੇੜੇ ਵੀ ਨਹੀਂ ਜਾਂਦੇ। ਉਹਨਾਂ ਨੂੰ ਡਰ ਲੱਗਦਾ, ਉਹਨਾਂ ਦੇ ਹਰ ਵਕਤ ਦੇ ਹਾਲਾਤ, ਉਹਨਾਂ ਦੀ ਵਰਤਾਓ ਇਸ ਕਿਸਮ ਦੇ ਬਣ ਜਾਂਦੇ ਨੇ, ਸਮਾਜ ਵਿੱਚ ਉਹਨਾਂ ਨੂੰ ਪ੍ਰਵਾਨ ਵੀ ਨਹੀਂ ਕੀਤਾ ਜਾਂਦਾ। ਗੁਰਬਾਣੀ ਦੇ ਲਫ਼ਜ਼ ਨੇ, ਗੁਰੂ ਕਹਿੰਦੇ ਨੇ, ਮਨ ਮੁਖ ਉਹ ਭੇ ਸੁੱਕ ਗਏ, ਨਾ ਫਲ ਨਾ ਛਾਂ। ਨਾ ਉਹਨਾਂ ਕੋਲ ਫਲ, ਨਾ ਉਹਨਾਂ ਕੋਲ ਛਾਂ। ਨਾਮ ਦੀ ਖੁਰਾਕ ਮਿਲਦੀ, ਤਿੰਨਾ ਪਾਸ ਨਾ ਬੈਸੀ ਘਰ ਨਾ ਗਰਾਓ, ਕਿਉਂਕਿ ਉਹਨਾਂ ਦਾ ਆਪਣਾ ਕੋਈ ਟਿਕਾਣਾ ਨਹੀਂ। ਉਹ ਤਾਂ ਆਸ ਪਾਸ ਫਿਰਦੇ, ਘਰ ਨਾ ਗਰਾ। ਤੇ ਜਿਹੜੇ ਦਰਖਤ ਨੂੰ ਫਲ ਨਾ ਲੱਗੇ, ਛਾਂ ਵੀ ਨਾ ਹੋਵੇ, ਉਹ ਦਰਖਤ ਸੁੱਕ ਜਾਏ, ਤੇ ਭਲਾ ਫਿਰ ਲੋਕ ਉਹਦਾ ਕੀ ਕਰਦੇ ਨੇ? ਅਗਲੀ ਲਾਈਨ ਪੜ੍ਹੋ, ਗੁਰਬਾਣੀ ਦੀ ਕੋਈ ਚੀਜ਼ ਉਹ ਲਿਫਟ ਚ ਨਹੀਂ ਛੱਡੀ। ਕਹਿਣ ਲੱਗੇ, ਕੱਟੀਏ ਤੇ ਨਿੱਤ ਜਾਲੀਏ। ਫਿਰ ਉਹਨਾਂ ਦਰਖਤਾਂ ਨੂੰ ਲੋਕ ਵੱਢ ਲੈਣਗੇ, ਸੁੱਕੀ ਲੱਕੜ ਹੋ ਗਈ। ਸਗਣ ਬਾਸ ਕੂਲੇ ਇੱਕ ਰਹੇ ਸੂਖ ਕਠੂਲੇ, ਸੁੱਕੇ ਕਾਠ ਹੋ ਗਏ। ਉਹ ਸੁੱਕੇ ਕਾਠ ਦਰਖਤ ਜਿਹੜੇ ਨੇ, ਜਿਹਨਾਂ ਨੂੰ ਕੋਈ ਫਲ ਨਹੀਂ ਲੱਗਦਾ, ਕੋਈ ਪੱਤੇ ਨਹੀਂ ਲੱਗਦੇ, ਕੋਈ ਛਾਂ ਨਹੀਂ ਹੁੰਦੀ, ਫਿਰ ਕਿਸ ਕੰਮ ਆਉਂਦੇ ਨੇ? ਲੋਕਾਂ ਨੂੰ ਵੱਢ ਲੈਂਦੇ ਨੇ ਤੇ ਜਲਾਉਂਦੇ ਲੱਕੜ। ਗੁਰਬਾਣੀ ਨੇ ਜ਼ਿਕਰ ਕਰ ਦਿੱਤਾ, ਕਹਿਣ ਲੱਗੇ, ਕੱਟੀਏ ਤੇ ਨਿੱਤ ਜਾਲੀਏ, ਉਹਨਾਂ ਸ਼ਬਦ ਨਾ ਨਾਮ, ਨਾ ਉਹਨਾਂ ਕੋਲ ਨਾਮ, ਨਾ ਉਹਨਾਂ ਕੋਲ ਸ਼ਬਦ ਗੁਰਬਾਣੀ, ਕਿਉਂਕਿ ਇਹਨੇ ਉੱਪਰ ਨਹੀਂ ਟਿਕਣਾ, ਇਹਨੇ ਤੇ ਅੰਦਰ ਜਾਣਾ ਹੈ। ਨਾਨਕ ਅੰਮ੍ਰਿਤ ਮਨੇ ਮਾਏ, ਇਸ ਦੋ ਗੱਲਾਂ ਨੂੰ ਆਪਸ ਵਿੱਚ ਜੋੜ ਕੇ ਸੰਬੰਧਿਤ ਕਰਕੇ ਜਿੰਨੀ ਦੇਰ ਅਸੀਂ ਨਹੀਂ ਸਮਝਦੇ, ਸਾਨੂੰ ਪਤਾ ਹੋਵੇ, ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ ਉਹ ਸੂਕਸ਼ਮ ਹੈ, ਉਹ ਮਨ ਵਿੱਚ ਟਿਕਦਾ ਹੈ, ਅਤੇ ਜਦੋਂ ਮਨ ਵਿੱਚ ਟਿਕਦਾ ਹੈ ਉਦੋਂ ਮਨੁੱਖ ਦੇ ਵਿਚਾਰ ਬਦਲਦੇ ਨੇ, ਉਦੋਂ ਉਹਦੇ ਵਿੱਚ ਮਿੱਠ ਬੋਲਣਾਪਣਾ ਹੁੰਦਾ ਹੈ, ਉਦੋਂ ਉਹਦੇ ਵਿੱਚ ਪਿਆਰ ਪੈਦਾ ਹੁੰਦਾ ਹੈ, ਨਫ਼ਰਤ ਖਤਮ ਹੁੰਦੀ ਹੈ। ਇਹ ਸਾਰੇ ਜਿਹੜੀਆਂ ਗੁਣ ਨੇ ਉਹ ਮਨ ਵਿੱਚ ਅੰਮ੍ਰਿਤ ਦੇ ਜਾਣ ਨਾਲ ਤਨ ਵਿੱਚ ਤਾਂ ਕੇਵਲ ਪਖੰਡ ਰਹਿ ਜਾਂਦਾ ਹੈ, ਤਨ ਵਿੱਚ ਤਾਂ ਕੇਵਲ ਦਿਖਾਵਾ ਰਹਿ ਜਾਂਦਾ ਹੈ। ਗੁਰੂ ਨੇ ਆਖਿਆ, ਕੱਟੀਏ ਤੇ ਨਿੱਤ ਜਾਲੀਏ ਉਹਨਾਂ ਸ਼ਬਦ ਨਾਨਾ। ਫਿਰ ਕਹਿਣ ਲੱਗੇ, ਇਹੋ ਜੇ ਦਰਖਤ ਨੂੰ ਕੋਈ ਬਦਲਣਾ ਚਾਹੀਦਾ? ਗੁਰਬਾਣੀ ਲਫ਼ਜ਼ ਕਹਿਣ ਲੱਗੇ, ਉਹ ਆਪਣਾ ਸੁਭਾਅ ਬਦਲਦਾ ਵੀ ਨਹੀਂ। ਅੰਮ੍ਰਿਤ ਲੈ ਲੈ ਨੀਮ ਸੰਚਾਈ,
ਜੇ ਨਿੰਮ ਦੇ ਦਰਖਤ ਨੂੰ ਕੋਈ ਅੰਬ ਪਤਾਸੇ ਘੋਲ ਘੋਲ ਪਾਉਂਦਾ ਰਹੇ ਉਹ ਮਿੱਠਾ ਹੋ ਜਾਂਦਾ, ਨਿੰਮ ਮਿੱਠੀ ਹੋ ਜਾਂਦੀ। ਤੁੰਮੀ ਤੁੰਮਾ ਵਿਸ ਅਕ ਧਤੂਗਾ ਨਿੰਮ ਫਲ ਮਨਮੁਖ ਵਸੈ ਤਿਸ। ਜਿਹੜਾ ਬਾਣੀ ਨਾਲੋਂ ਟੁੱਟਿਆ ਹੈ, ਜਿਹੜਾ ਆਸ ਪਾਸ ਕੇਵਲ ਤਣ ਦੀਆਂ ਦਿਖਾਵੇ ਦੀਆਂ ਵਸਤੂਆਂ ਬਣਾ ਕੇ ਬੈਠਾ, ਜਿਹੜਾ ਪਖੰਡ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਬੈਠਾ ਹੈ, ਤੇ ਬਾਣੀ ਰੂਪੀ ਅੰਮ੍ਰਿਤ ਨੂੰ ਮਨ ਵਿੱਚ ਨਹੀਂ ਢੂੰਡਦਾ, ਮਨ ਵਿੱਚ ਨਹੀਂ ਟਿਕਾਉਂਦਾ, ਅੰਦਰਲੇ ਖੂਹ ਤੋਂ ਅੰਮ੍ਰਿਤ ਜਲ ਨਹੀਂ ਛਕਦਾ, ਕਹਿਣ ਲੱਗੇ ਉਹਦੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ। ਇਸੇ ਲਈ ਸਰਯੂ ਨੇ ਬਾਣੀ ਵਿੱਚ ਆਖਿਆ, ਭਰਿਆ ਇਹ ਵਿਚਾਰ ਕਰ ਕਿ ਇਹ ਰੱਬ ਦਾ ਲਾਇਆ ਹੋਇਆ ਬਾਗ ਕਿਵੇਂ ਹਰਾ ਭਰਾ ਰਹਿ ਸਕਦਾ ਹੈ, ਉਹਨੂੰ ਕਿਹੜੀ ਚੀਜ਼ ਦੀ ਲੋੜ ਹੈ। ਆਸ ਪਾਸ ਦੇ ਬਖੂਆਂ ਦੇ ਕੁੰਟਾਂ ਵੱਲ ਝਾਕ ਕੇ ਉਹਨਾਂ ਦੇ ਆਸਰੇ 'ਤੇ ਤੂੰ ਆਪਣੇ ਜੀਵਨ ਦਾ ਬਾਗ ਦਰਖਤ ਹਰਾ ਨਹੀਂ ਰੱਖ ਸਕੇਗਾ, ਜੇ ਤੂੰ ਆਪਣੇ ਜਿੰਨੇ ਦੇਰ ਤੂੰ ਆਪਣੇ ਮਨ ਵਿੱਚ ਬਾਣੀ ਦੇ ਸ਼ਬਦ ਰੂਪੀ ਅੰਮ੍ਰਿਤ ਨੂੰ ਨਹੀਂ ਵਸਾਏਗਾ, ਜਿੱਥੋਂ ਹਰ ਰੋਜ਼ ਜਦੋਂ ਤੇਰਾ ਦਿਲ ਚਾਹੇ, ਜਦੋਂ ਵੀ ਕੋਈ ਬਿਪਤਾ ਦੁੱਖ ਸੁੱਖ ਹੋਵੇ, ਅੰਦਰ ਝਾਕ ਮਾਰੇ ਅਤੇ ਬਾਣੀ ਨਾਲ ਜੁੜ ਕੇ ਤੈਨੂੰ ਅੰਮ੍ਰਿਤ ਮਿਲ ਜਾਏ। ਸਤਿਗੁਰੂ ਇਹੋ ਗੱਲ ਬਾਣੀ ਵਿੱਚ ਕਹਿੰਦੇ ਨੇ। ਆਸ ਪਾਸ ਸ਼ਬਦੇ ਕਾੜ ਪੀਏ ਪਨਹਾਰੀ, ਇਹੋ ਅੰਮ੍ਰਿਤ ਸਾਨੂੰ ਹਰ ਵਕਤ ਹਰ ਸਮੇਂ ਮਿਲਦਾ ਹੈ ਤੇ ਮਿਲਦਾ ਰਹੇਗਾ। ਅਸੀਂ ਆਸ ਪਾਸ ਵੱਲ ਦੇਖ ਰਹੇ ਹਾਂ ਕੇਵਲ ਬਾਹਰਲੇ ਦਿਖਾਵਿਆਂ ਦਾ ਅੰਮ੍ਰਿਤ, ਬਾਹਰਲੇ ਦਿਖਾਵਿਆਂ ਦਾ ਧਰਮ,
ਬਾਹਰਲੇ ਦਿਖਾਵਿਆਂ ਦੀ ਸਿੱਖੀ, ਇਹ ਸਭ ਕੁਝ ਅਸੀਂ ਆਸ ਪਾਸ ਵਿੱਚ ਦੇਖਦੇ ਹਾਂ। ਕੋਸ਼ਿਸ਼ ਕਰਾਂਗਾ ਅਗਲੇ ਹਫ਼ਤੇ ਆਪਾਂ ਇਸ ਆਸ ਪਾਸ ਦੇ ਸਾਰੇ ਸਬਜੈਕਟ ਨੂੰ ਵਿਚਾਰੀਏ। ਆਸ ਪਾਸ ਕੀ ਹੋ ਰਿਹਾ, ਅਸੀਂ ਅੰਮ੍ਰਿਤ ਦੇ ਚਸ਼ਮੇ ਨਾਲੋਂ ਕਿਵੇਂ ਟੁੱਟ ਰਹੇ ਹਾਂ, ਅੰਦਰ ਝਾਤ ਨਹੀਂ ਮਾਰ ਰਹੇ, ਗੁਰਬਾਣੀ ਨਾਲੋਂ ਕਿਵੇਂ ਟੁੱਟ ਰਹੇ ਹਾਂ, ਅਤੇ ਆਸ ਪਾਸ ਸਾਡੇ ਕੀ ਹੈ, ਅਸੀਂ ਇਹ ਵੀ ਦੇਖੀਏ ਇਹਨਾਂ ਸ਼ਬਦਾਂ ਨਾਲ। ਮਾਤਾ ਚਾਚੇ ਤੋਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।